ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਜਸਪ੍ਰੀਤ ਜੈਸ ਤੁਹਾਡਾ ਸਵਾਗਤ ਕਰਦਾ ਆਪਣੇ ਇਸ ਖਾਸ ਪ੍ਰੋਗਰਾਮ, ਐਕਸਕਲੂਸਿਵ ਪ੍ਰੋਗਰਾਮ ਜਿਸਦਾ ਨਾਮ ਹੈ ਦਾਸਤਾਂ ਹੁਨਰ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਵਿਦੇਸ਼ਾਂ 'ਚ ਬੈਠੇ ਹੋਏ ਸਾਡੇ ਜਿਹੜੇ ਆਡੀਅੰਸ ਹਨ ਉਹ ਇੰਨਾ ਪਿਆਰ ਦੇ ਰਹੇ ਨੇ, ਅਤੇ ਉਹ ਇਹ ਕਹਿੰਦੇ ਨੇ ਕਿ ਸਾਨੂੰ ਹਿੰਦੁਸਤਾਨ ਦੇ ਜਿਹੜੇ ਕਲਾਕਾਰ ਹਨ, ਪੰਜਾਬ ਦੇ ਕਲਾਕਾਰ ਹਨ, ਉਹਨਾਂ ਦੇ ਨਾਲ ਰੂਬਰੂ ਕਰਵਾਇਆ ਜਾਵੇ। ਇਸੇ ਤਰ੍ਹਾਂ ਮੈਨੇ ਅੱਜ ਤੁਹਾਡੇ ਇਸ ਗੱਲ ਨੂੰ ਮੰਨਦੇ ਹੋਏ, ਔਰ ਮੰਨੀ ਵੀ ਹੈ ਗੱਲ, ਕਿਉਂਕਿ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਪੰਜਾਬੀ ਇੰਡਸਟਰੀ ਦੇ ਇੱਕ ਮਹਾਨ ਕਲਾਕਾਰ ਜਿਹੜੇ ਹੁਣ ਬੜੀ ਤੇਜ਼ ਤੇਜ਼ ਚੜ੍ਹਾਈਆਂ ਕਰ ਰਹੇ ਨੇ, ਪਰ ਇੱਕ ਸਾਲ ਦੇ ਰੁਕਾਵਟ ਦੇ ਬਾਅਦ, ਰੁਕਾਵਟ ਕੇ ਲਈ ਖੇਦ ਹੈ, ਉਸ ਤੋਂ ਬਾਅਦ ਉਹ ਤੁਹਾਡੇ ਸਾਹਮਣੇ ਰੂਬਰੂ ਆ ਰਹੇ ਹਨ, ਜਿਹਨਾਂ ਨਾਮ ਹੈ ਗੈਵੀ ਸੱਗੂ। ਓ ਬੇਬੀ ਤੂੰ ਹੈ ਔਸਮ, ਔਸਮ ਤੇਰਾ ਨਖਰਾ ਵੀ ਔਸਮ, ਚਲੇ ਜਿਹੜੀ ਚਾਲ ਵੀ ਔਸਮ, ਓ ਬੇਬੀ ਤੂੰ ਹੈ ਔਸਮ, ਔਸਮ ਔਸਮ। ਆਪਣੀ ਗੱਲ ਹੁੰਦੀ ਸੀਗੀ, ਹੈ ਨਾ, ਇੱਕ ਕੋਆਰਡੀਨੇਸ਼ਨ ਜਿਹਾ ਨਹੀਂ ਬਣਿਆ, ਹੈ ਨਾ, ਚਲੋ ਗੱਲ ਹੋਈ ਆਪਣੀ, ਹਾਂਜੀ, ਉਸ ਤੋਂ ਬਾਅਦ ਨਾ ਤੁਸੀਂ ਕਾਲ ਕੀਤੀ, ਨਾ ਮੈਨੂੰ ਵੀ ਟਾਈਮ ਨਹੀਂ ਲੱਗਿਆ, ਹੈ ਨਾ। ਚਲੋ ਫਾਈਨਲੀ ਅੱਜ ਬੈਠੇ ਹਾਂ ਆਪਾਂ, ਨਹੀਂ ਨਹੀਂ ਵੀਰੇ ਜੀ, ਮੈਨੂੰ ਇਹ ਸੀ ਸ਼ਾਇਦ ਬਿਜ਼ੀ ਹੋਊਂਗੇ ਜਾਂ ਕੁਛ ਹੋਊਂਗੇ, ਹੈ ਨਾ। ਨਹੀਂ ਐਕਚੁਅਲੀ ਉਹ ਮੇਰਾ ਸਕੈਡਿਊਲ ਇਸ ਤਰ੍ਹਾਂ ਸੀ ਕਿ ਮੇਰੇ ਕੁਝ ਸਿੰਗਰਸ ਦੇ ਕੁਝ ਸ਼ੂਟ ਬਾਹਰ ਸੀਗੇ, ਓਕੇ ਜੀ, ਇਸ ਕਰਕੇ ਮੈਂ ਆਪਾਂ ਗੱਲਬਾਤ ਨਹੀਂ ਹੋ ਪਾਈ। ਠੀਕ ਹੈ ਜੀ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਟਰੈਕ ਸੀ, ਓਕੇ ਜੀ, ਤੁਹਾਡੇ ਆ ਚੁੱਕੇ ਨੇ AK-47, ਔਸਮ, ਬਹੁਤ ਔਸਮ, ਵਾਕਈ ਔਸਮ ਸੀਗਾ। ਥੈਂਕ ਯੂ। ਉਹਦੇ ਬਾਰੇ ਦੱਸੋ, ਕਨਸੈਪਟ ਕਿਵੇਂ ਤੁਹਾਡੇ ਮਾਈਂਡ 'ਚ ਆਇਆ? ਔਸਮ ਜੀ, ਮੈਂ ਡਾਇਰੈਕਟਰ ਹੈ ਮੇਰਾ ਗੈਵੀ ਸ਼ਪਾਵਾ ਜੀ ਨੇ ਡਾਇਰੈਕਟ ਕੀਤਾ ਜੀ, ਉਹਦੇ ਕੋਲ ਗਏ ਅਸੀਂ ਅਤੇ ਸੌਂਗ ਵਗੈਰਾ ਡਿਸਕਸ ਕਰ ਰਹੇ ਸੀਗੇ, ਅਤੇ ਲਿਖਿਆ ਜੀ ਸੁਖਜੀਤ ਨੇ ਜੀ, ਖੰਨੇ ਤੋਂ ਬਿਲੋਂਗ ਕਰਦਾ, ਅਤੇ ਉਹਨਾਂ ਨੂੰ ਅਸੀਂ ਹਿੰਟ ਦਿੱਤਾ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ, ਥੋੜ੍ਹੀ ਜਿਹੀ ਫੰਕੀ ਟਾਈਪ, ਹੈ ਨਾ, ਤਾਂ ਉਹਨਾਂ ਨੇ ਗਾਣਾ ਤਿਆਰ ਕੀਤਾ ਅਤੇ ਸਾਨੂੰ ਪਸੰਦ ਆਇਆ, ਫਿਰ ਅਸੀਂ ਆਰ ਗੁਰੂ ਭਾਅ ਜੀ ਕੋਲ ਗਏ, ਉਹਨਾਂ ਨੇ ਮਿਊਜ਼ਿਕ ਕੀਤਾ, ਅਤੇ ਉਹਨਾਂ ਨੇ ਟਾਈਮ ਲਿਆ, ਇੱਕ ਮੰਥ ਲਿਆ ਭਾਅ ਜੀ ਨੇ, ਵੀ ਮੈਨੂੰ ਡਿਫਰੈਂਟ ਚੀਜ਼ ਆ ਥੋੜ੍ਹੀ ਜਿਹੀ ਤਾਂ ਟਾਈਮ ਚਾਹੀਦਾ, ਹੈ ਨਾ, ਤਾਂ ਉਹਨਾਂ ਨੇ ਸੌਂਗ ਤਿਆਰ ਕੀਤਾ ਅਤੇ ਉਸ ਹਿਸਾਬ ਨਾਲ ਫਿਰ ਸਾਰਿਆਂ ਨੂੰ ਪਸੰਦ ਵੀ ਆਇਆ ਜੀ, ਫਿਰ ਗੈਵਿਸ਼ ਨੇ ਵੀਡੀਓ ਕੀਤੀ ਅਤੇ ਬਾਕੀ ਵਾਈਟ ਹਿਲ 'ਚੋਂ ਰਿਲੀਜ਼ ਕੀਤਾ ਜੀ ਸੌਂਗ ਜੀ ਆਪਾਂ ਜੀ, ਅਤੇ ਵਧੀਆ ਰਿਸਪੌਂਸ ਮਿਲਿਆ ਜੀ, ਮਤਲਬ ਮੈਂ ਹਾਂਜੀ ਮਿਊਜ਼ਿਕ ਹੋ ਗਿਆ, ਲਿਰਿਕਸ ਹੋ ਗਏ, ਵੀਡੀਓ ਡਾਇਰੈਕਟਰ, ਇਹ ਤੈਨੂੰ ਸੇਮ ਹੀ ਹੈ ਜੀ, ਮੇਰੇ ਟਰੈਕਸ ਸੇਮ ਹੀ ਹੈ, ਹਾਂਜੀ ਹਾਂਜੀ ਹਾਂਜੀ, ਉਹ ਚਿਹਰਾ ਵੀ ਸੇਮ ਹੈ, ਅਸੀਂ ਦੇਖਿਆ ਗਿਆ ਕਿ ਤੁਹਾਡੀ ਫੈਨ ਫੋਲੋਇੰਗ ਜਿਹੜੀ ਹੈਗੀ ਹੈ, ਮਤਲਬ ਬਹੁਤ ਜ਼ਿਆਦਾ ਹੈਗੀ ਹੈ, ਬਹੁਤ ਜ਼ਿਆਦਾ ਕਹਿ ਸਕਦੇ ਹਾਂ, ਜਿਵੇਂ ਜੱਸੀ ਗਿੱਲ, ਵੀਰਿੰਦਰ, ਨਿੰਜਾ, ਮਨਪ੍ਰੀਤ ਤੋਲਕ, ਹਾਂਜੀ, ਪੰਜਵੇਂ ਤੁਸੀਂ ਹੋ ਜੀ, ਹਾਂਜੀ, ਹਲੇ ਤਾਂ ਜੀ ਨਹੀਂ, ਬਿਲਕੁਲ ਸਹੀ ਗੱਲ ਹੈ, ਮੈਂ ਹਲੇ ਕੰਪੇਅਰ ਨਹੀਂ ਕਰਦਾ, ਹਲੇ ਐਂ ਚਲੋ ਸਟਾਰਟਿੰਗ ਮਿਲੀ ਹੋਈ ਹੈ ਵਧੀਆ, ਚਲੋ ਅੱਗੇ ਮਿਹਨਤ ਕਰਾਂਗੇ ਜੀ, ਬਾਕੀ ਕੰਪੇਅਰ ਨਹੀਂ ਕਰਦੇ, ਉਹ ਤਾਂ ਚਲੋ ਹੁਣ ਬੜੇ ਸਟਾਰ ਹੈ, ਤੁਸੀਂ ਵੀ ਸਰ ਸਟਾਰ ਹੋ। ਥੈਂਕ ਯੂ। ਦੱਸਣਾ ਚਾਹਾਂਗੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਿਰਫ ਸਾਡੇ ਮਹੀਨੇ 'ਚ 4 ਐਪੀਸੋਡ ਸ਼ੂਟ ਹੁੰਦੇ ਨੇ, ਠੀਕ ਹੈ ਜੀ, ਔਰ ਚਾਰਾਂ ਦੇ ਫਨਕਾਰ ਆਉਂਦੇ ਨੇ, ਠੀਕ ਹੈ ਜੀ, ਤੁਸੀਂ ਇੱਜ਼ਤ ਬਖਸ਼ੀ, ਥੈਂਕ ਯੂ ਸੋ ਮਚ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਸਾਨੂੰ ਆਪਣੇ ਇੰਟਰਵਿਊ ਲੈਣ ਜੋਗਾ ਸਮਝਿਆ ਜੀ। ਥੈਂਕ ਯੂ ਜੀ। ਅਤੇ ਅੱਛਾ, ਗੱਲਬਾਤ ਆਪਾਂ ਕਰੀਏ ਕਿ ਤੁਹਾਨੂੰ ਮਿਊਜ਼ਿਕ ਲਾਈਨ ਦੇ ਵਿੱਚ ਆਉਣ ਦਾ ਸ਼ੌਂਕ ਕਿਵੇਂ ਪਿਆ, ਮਤਲਬ ਕਦੋਂ ਤੁਸੀਂ ਆਏ ਇਸ ਲਾਈਨ ਦੇ? ਮਿਊਜ਼ਿਕ ਕੀ ਸਕੂਲ 'ਚ ਸੀ ਜਦ ਮੈਂ, ਉਸ ਟਾਈਮ ਮੈਨੂੰ ਭੰਗੜੇ ਦਾ ਬੜਾ ਸ਼ੌਂਕ ਸੀ, ਤਾਂ ਪਲੱਸ ਟੂ ਤੱਕ ਭੰਗੜਾ ਕਰਦੇ ਰਹੇ, ਫਿਰ ਉਸ ਟਾਈਮ ਇੱਕ ਸਾਲ ਫ੍ਰੀ ਸੀਗਾ, ਉਸ ਟਾਈਮ ਵੀ ਕੁਛ ਧਿਆਨ ਦਿੱਤਾ ਨਹੀਂ, ਜਦ ਮੈਂ ਕਾਲਜ 'ਚ ਆਇਆ ਉਸ ਟਾਈਮ ਮੈਂ ਸੋਚਿਆ ਕਿ ਹਾਂ ਯਾਰ ਕੁਛ ਬਣਨਾ ਹੈ, ਕੁਛ ਸਿੰਗਰ ਬਣਨਾ, ਮੈਂ ਗਾਉਣਾ ਨਹੀਂ ਸੀ ਆਉਂਦਾ ਮੈਨੂੰ ਸਟਾਰਟਿੰਗ ਤੋਂ, ਅਤੇ ਮੈਂ ਸਿੱਖਿਆ ਫਿਰ ਦੋ ਸਾਲ ਸਿੱਖ ਕੇ, ਹਾਂਜੀ, ਇਹਨਾਂ ਤੋਂ ਸਾਨੂੰ ਪਕੜ ਲਿਆ, ਚਲੋ ਜਿੱਥੇ ਵੀ ਪਹੁੰਚੇ, ਪਰ ਹੌਲੀ ਹੌਲੀ ਸਿੱਖਦੇ ਜਾਵਾਂਗੇ ਜੀ, ਹੋਰ ਹਲੇ ਨਿਖਾਰ ਉਨਾ ਹੈ ਨਹੀਂ, ਚਲੋ ਹੌਲੀ ਹੌਲੀ ਕੰਮ ਕਰਦੇ ਜਾਵਾਂਗੇ, ਨਿਖਰਦੇ ਜਾਵਾਂਗੇ ਅੱਗੇ ਤੋਂ ਅੱਗੇ, ਕਹਿੰਦੇ ਜੀ। ਨਹੀਂ, ਇਹ ਤਾਂ ਮੈਂ ਫਸਟ ਟਾਈਮ ਗੱਲ ਸੁਣੀ ਹੈ ਕਿ ਕੋਈ ਮਤਲਬ ਤੁਹਾਡੇ ਵਰਗੇ ਇੰਨੇ ਮਹਾਨ ਸ਼ਖਸੀਅਤਾਂ ਹੋ ਗਏ ਜਿਨ੍ਹਾਂ ਨੇ 2 ਸਾਲ ਦੇ ਵਿੱਚ ਇੱਥੋਂ ਦੀ ਲੈ ਕੇ ਮੁਕਾਮ ਇੱਥੇ ਤੱਕ ਪਹੁੰਚ ਲਿਆ, ਹਾਂਜੀ, ਇਸ ਦੇ ਵਿੱਚ ਕੀ ਤੁਹਾਡੀ ਹਾਈਟ ਦਾ ਫਾਇਦਾ ਤੁਸੀਂ ਚੱਕ ਲਿਆ ਜਾਂ ਕੀ ਕਰ ਲਿਆ? ਉਹ ਹੁਣ ਆਡੀਅੰਸ ਨੂੰ ਪਤਾ ਹੀ, ਉਹਨਾਂ ਨੂੰ ਇਸ ਹਿਸਾਬ ਨਾਲ ਰਿਸਪੌਂਸ ਦਿੱਤਾ ਕੀ ਚੀਜ਼ ਉਹਨਾਂ ਨੂੰ ਪਸੰਦ ਆਈ, ਮਿਹਨਤ ਕੀਤੀ ਸੀ ਤਾਂ ਪਸੰਦ ਆ ਗਿਆ ਜੀ ਉਹਨਾਂ ਨੂੰ, ਹੈ ਨਾ।
ਤੁਸੀਂ ਸਾਡੇ ਤੁਹਾਡਾ ਪਹਿਲਾ ਆਇਆ ਟਰੈਕ ਸਾਨੂੰ ਉਹ ਵੀ ਤੁਸੀਂ ਪਲੀਜ਼ ਸਾਨੂੰ ਗਾ ਕੇ ਸੁਣਾਓ, ਅਸੀਂ ਚਾਹੁੰਦੇ ਹਾਂ ਕਿ ਸਾਡੇ ਸਟੂਡੀਓ ਤੁਸੀਂ AK-47 ਯੈਸ AK-47 ਸੀ ਜਿਹੜਾ ਜਿੱਤਾਂ ਦਾ ਸ਼ੌਕੀਨ ਨਾ ਕਦੇ ਸੀ ਹਾਰਦਾ, ਉਹ ਤੇਰਾ ਨਖਰਾ ਸੀਨੇ 'ਚ ਜਾਵੇ ਗੋਲੀ ਮਾਰਦਾ, ਪਿਆਰ ਵਾਲੇ ਜੱਬ ਕੋਲੋਂ ਦੂਰ ਰਹਿੰਦਾ ਸੀ ਤੂੰ ਪਹਿਲੀ ਤੱਕਣੀ 'ਚ ਹੀ ਅਟੈਕ ਕਰ ਗਈ ਤੇਰਾ ਨਖਰਾ ਵੀ ਔਸਮ, ਚੱਲੇ ਜਿਹੜੀ ਚਾਲ ਵੀ ਔਸਮ, ਹੋ ਬੇਬੀ ਤੂੰ ਹੈ ਔਸਮ ਔਸਮ ਔਸਮ, ਵੱਖਰਾ ਟਰੈਂਡ ਬਿੱਲੋ ਲਾਈ ਜਾਵੇ ਐਂਡ ਬਿੱਲੋ ਤੂੰ ਤਾਂ ਇੱਕ ਵੱਖਰਾ ਬ੍ਰੈਂਡ ਨੇ, ਤੇਰੇ ਪਿੱਛੇ ਘੁੰਮਦੇ ਜੋ ਪੈੜਾਂ ਤੇਰੀ ਚੁੰਮਦੇ ਜੋ ਚੱਕ ਲੈਣੇ ਸਾਰੇ ਉਹ ਲਫੈਂਡ ਨੇ, ਉਹ ਖੱਬੇ ਗੁੱਟੇ ਉੱਤੇ ਜੜੀ ਫਿਰੇ ਰਾਡੋ ਗੋਰੀ ਹੇ, ਬਣ ਸੁੱਖ ਜੀਤ ਦੀ ਤੂੰ ਲਾਡੋ ਗੋਰੀ ਹੇ, ਉਹ ਕਰਦੇ ਆ ਐਸ਼ ਹਾਏ ਨੀ ਖੁੱਲਾ ਪੂਰਾ ਗੈਸ਼ ਰੁਕੇ ਵੇਖ ਵੇਖ ਕੁੜੀਆਂ ਦਾ ਦਮ, ਉਹ ਬੇਬੀ ਤੂੰ ਹੈ ਔਸਮ ਔਸਮ। ਥੈਂਕ ਯੂ ਜੀ। ਇਹ ਨਹੀਂ ਕਿਹਾ ਕੁੜੀਆਂ ਨੇ ਕਿ ਮੁੰਡਾ ਤੂੰ ਜ਼ਿਆਦਾ ਔਸਮ ਹੈ, ਤੁਸੀਂ ਘੱਟ ਔਸਮ ਆ। ਕਹਿੰਦੇ ਰਹਿੰਦੇ ਫੈਨਸ ਮਿਲਦੇ ਆ ਨਾ, ਤਾਂ ਤੁਸੀਂ ਦੱਸ ਨਹੀਂ ਰਹੇ, ਖੁੱਲ ਕੇ ਨਹੀਂ ਦੱਸ ਰਹੇ, ਮਤਲਬ ਜਾਂ ਤੁਹਾਡੀ ਤਾਰੀਫ ਸਾਰਾ ਜ਼ਿਆਦਾ ਹੁੰਦੀ ਹੈ, ਤੁਸੀਂ ਦੱਸ ਨਹੀਂ ਰਹੇ ਕਿ ਸ਼ਾਇਦ ਨਜ਼ਰਾਂ ਲੱਗ ਜਾਏ ਆ। ਨਹੀਂ ਨਹੀਂ, ਐਵੇਂ ਦੀ ਕੋਈ ਨਹੀਂ, ਸਾਰੇ ਜਾਣਨਾ ਚਾਹੁੰਦੇ ਤੁਹਾਡੇ ਬਾਰੇ, ਬਿਕੋਜ਼ ਅਜੇ ਤੁਹਾਡੇ ਤੁਸੀਂ ਇੰਨੀ ਇੰਟਰਵਿਊਜ਼ ਦਿੱਤੀਆਂ ਵੀ ਨਹੀਂ ਹੈਗੀਆਂ। ਹਾਂਜੀ ਹਾਂਜੀ ਹਾਂਜੀ, ਮੇਰੀ ਲਾਸਟ ਇੰਟਰਵਿਊ ਹੋਈ ਸੀ ਜੀ, ਔਸਮ ਟਰੈਕ ਹੈ, ਜੱਗ ਬਾਣੀ ਵਾਲਿਆਂ ਨੇ ਲਿੱਤੀ ਸੀ ਇੰਟਰਵਿਊ, ਉਹ ਫਸੀ, ਹੁਣ ਸੈਕਿੰਡ ਤੁਸੀਂ ਮਿਲੇ ਹੋ। ਹਾਂਜੀ ਹਾਂਜੀ, ਹੁਣ ਅਸੀਂ ਤਾਂ ਲੈਂਦੇ ਰਹਿਣਾ। ਹਾਂਜੀ ਜ਼ਰੂਰ ਵੀਰੇ, ਤੁਸੀਂ ਬਰਾਂਦੇ ਰਹਿਣਾ, ਤੁਹਾਨੂੰ ਆਪਣੇ ਤੁਹਾਡੇ ਸਟੂਡੀਓ ਵੀ ਆਉਂਦੇ ਰਹਿਣਾ ਜੀ। ਥੈਂਕ ਯੂ ਜੀ। ਆਉਣ ਵਾਲੇ ਪ੍ਰੋਜੈਕਟਸ ਬਾਰੇ ਦੱਸੋ ਤੁਸੀਂ। ਆਉਣ ਵਾਲੇ ਪ੍ਰੋਜੈਕਟ ਜੀ, ਫੈਲਕਨ ਪ੍ਰੋਡਕਸ਼ਨ ਹੈ ਜੀ ਕੰਪਨੀ, ਦਿਨੇਸ਼ ਭਾਅ ਜੀ ਉਹਨਾਂ ਨੇ ਮਤਲਬ ਮੇਰੇ ਟਰੈਕਸ ਵਗੈਰਾ ਦੇਖੇ ਪਿਛਲੇ, ਉਹਨਾਂ ਨੇ ਮੈਨੂੰ ਬੁਲਾਇਆ ਅਤੇ ਸਪੋਂਸਰਸ਼ਿਪ ਮਿਲੀ ਹੈ ਨਾ ਉਹਨਾਂ ਤੋਂ, ਤਾਂ ਉਹਨਾਂ ਨੂੰ ਮੈਂ ਗਾਣੇ ਦਿੱਤੇ ਆ, ਇੱਕ ਸੈਡ ਸੌਂਗ ਹੈ ਜੀ ਮੇਰਾ ਆਉਣ ਵਾਲਾ, ਇੱਕ ਬੀਟ ਸੌਂਗ ਹੈ ਅਰਬਨ ਟਾਈਪ, ਇੱਕ ਭੰਗੜਾ ਟਾਈਪ ਸੌਂਗ ਹੈ, ਮਤਲਬ ਬੈਕ ਟੂ ਬੈਕ। ਹਾਂਜੀ, ਬੈਕ ਟੂ ਬੈਕ, ਗੈਪ ਇਹ ਇਸੇ ਦਿੱਕਤ ਕਰਕੇ ਆ ਗਿਆ ਵੀ ਮੈਂ ਬੈਕ ਟੂ ਬੈਕ ਕਰਨਾ ਚਾਹੁੰਦਾ ਸੀ, ਕਿਉਂਕਿ ਜੇ ਆਪਾਂ ਇੱਕ ਟਰੈਕ 'ਤੇ ਕੰਮ ਕਰਦੇ ਹਾਂ ਤਾਂ ਆਪਾਂ ਨੂੰ 3-4 ਮਹੀਨੇ ਚਾਹੀਦੇ ਆ, ਉਹ ਫਿਰ ਗੈਪ ਚਲੇ ਜਾਂਦਾ, ਹੁਣ ਮੈਂ 1 ਸਾਲ ਲਿੱਤਾ ਤਾਂ 3-4 ਟਰੈਕ ਤਿਆਰ ਕਰਕੇ ਬੈਕ ਟੂ ਬੈਕ ਰਿਲੀਜ਼ ਕਰ ਦੂੰਗਾ। ਹਾਂਜੀ, ਕਮੀ ਤੇਰੀ। ਹਾਂਜੀ ਹਾਂਜੀ, ਉਹਦੀ ਵੀਡੀਓ ਵੀ ਕਰਨੀ ਹੈ ਜੀ, ਹਲੇ ਉਹ ਆਡੀਓ ਸੀਗਾ, ਵੀਡੀਓ ਦੀ ਮੈਂ ਲਾਸਟ ਦਸੰਬਰ 'ਚ ਆਜੂਗੀ ਵੀਡੀਓ ਦੀ। ਹਾਂਜੀ, ਜ਼ਰੂਰ ਭਾਈ, ਜ਼ਰੂਰ ਜ਼ਰੂਰ ਭਾਈ, ਜ਼ਰੂਰ। ਨਹੀਂ ਨਹੀਂ ਭਾਈ, ਨਹੀਂ ਨਹੀਂ ਨਹੀਂ, ਐਸੀ ਗੱਲ ਨਹੀਂ, ਜੇ ਤੁਸੀਂ ਆ ਗਏ ਸੋ ਸਾਨੂੰ ਬਹੁਤ ਖੁਸ਼ੀ ਹੈ। ਥੈਂਕ ਯੂ ਭਾਈ, ਔਰ ਵੀ ਆਰ ਵੈਰੀ ਐਕਸਾਈਟਿਡ, ਮੈਂ ਬਹੁਤ ਐਕਸਾਈਟਿਡ ਆ ਤੁਹਾਡੀ ਉਸ ਵੀਡੀਓ ਨੂੰ ਦੇਖਣ ਵਾਸਤੇ। ਥੈਂਕ ਯੂ ਭਾਈ, ਵਾਕਈ ਤੇ ਦੁਨੀਆ ਨੂੰ ਕਮਲੇ ਕਰਦੇ ਨੇ, ਉਹਦੇ ਕੰਮ ਵੀ ਬਹੁਤ ਜ਼ਿਆਦਾ ਕਰਨੇ ਜੀ, ਸਾਡਾ ਕੰਮ ਵੀ ਬਹੁਤ ਜ਼ਿਆਦਾ ਕਰਨਾ, ਰੋਕੀ ਤਾਂ ਹੀ ਹੋਈ ਹੈ ਜੀ ਵੀਡੀਓ। ਹਾਂਜੀ, ਕੁਛ ਬੜਾ ਹੀ ਕਰਾਂਗੇ ਉਸ 'ਚ। ਦੇਖੇ ਮੈਂ ਤੁਹਾਡੇ ਪਹਿਲੇ ਪ੍ਰੋਜੈਕਟਸ ਜਿਹੜੇ ਆਉਂਦੇ ਨੇ ਉਹ ਵੀ ਵਾਕਈ ਨੇ ਸ਼ਾਨਦਾਰ ਨੇ। ਥੈਂਕ ਯੂ, ਵਾਈਟ ਹਿਲਸ ਤੋਂ ਆਏ ਨੇ। ਹਾਂਜੀ ਵਾਈਟ, ਬਹੁਤ ਵਧੀਆ। ਅਤੇ ਤੁਹਾਡੇ ਆਪਾਂ ਗੱਲ ਕਰ ਰਹੇ ਸੀਗੇ ਤੁਹਾਡੀ ਲਾਈਫ ਸਟਾਈਲ 'ਤੇ, ਹੁਣ ਜੇ ਲਾਈਫ ਸਟਾਈਲ ਦੀ ਗੱਲ ਕਰੇ ਤਾਂ ਫੈਮਲੀ ਬੈਕਗਰਾਊਂਡ ਦੀ ਗੱਲ ਕਰਨਾ ਸਾਡਾ ਜ਼ਰੂਰ ਬਣਦਾ। ਹਾਂਜੀ ਹਾਂਜੀ ਹਾਂਜੀ, ਤੁਸੀਂ ਹੁਣ ਸਾਨੂੰ ਆਪ ਦੱਸੋਗੇ ਫੈਮਲੀ ਬੈਕਗਰਾਊਂਡ ਕਿਸ ਤਰ੍ਹਾਂ ਦੀ। ਫੈਮਲੀ 'ਚ ਮੋਮ, ਡੈਡ, 2 ਮੇਰੀ ਸਿਸਟਰਸ ਨੇ ਐਲਰ, ਅਤੇ ਡੈਡ ਬਿਜ਼ਨਸਮੈਨ ਨੇ, ਮੋਮ ਹਾਊਸ ਵਾਈਫ ਹੈ, ਅਤੇ ਸਿਸਟਰ ਦੋਨੋਂ ਮੇਰੀ ਇੰਜੀਨੀਅਰ ਹੈ। ਓ ਵਾਹ। ਹਾਂਜੀ, ਅਤੇ ਹੁਣ ਉਹਨਾਂ ਦੀ ਬਾਕੀ ਮੈਰਿਜ ਵਗੈਰਾ ਕਰਨੀ ਹੈ ਹਲੇ। ਹਾਂਜੀ, ਵਧੀਆ ਜੀ, ਸਪੋਰਟ ਕਰਦੇ ਹਾਂ ਪੂਰੀ ਸਿੰਗਿੰਗ ਲਾਈਨ 'ਚ ਨਾ, ਕਰ ਤਾਂ ਮੈਂ ਵੀ ਇੰਜੀਨੀਅਰਿੰਗ ਰਿਹਾ ਸੀ ਬਟ ਮੈਂ ਟਰਨ ਲੈ ਲਿਆ ਇੱਧਰ ਨੂੰ। ਤੁਸੀਂ ਇੰਜੀਨੀਅਰਿੰਗ ਕਰ ਰਹੇ ਸੀ? ਕਰ ਰਿਹਾ ਸੀਗਾ ਜੀ, ਅਤੇ ਮਤਲਬ 2 ਸਾਲ ਮੈਂ ਲਗਾਇਆ ਉਸ 'ਚ, ਬਟ ਉਸ ਤੋਂ ਬਾਅਦ ਹਜੇ ਟਰਨ ਆਇਆ ਕਿ ਸਿੰਗਿੰਗ ਲਾਈਨ ਵਾਲੇ ਹੋ ਗਏ, ਘਰਦਿਆਂ ਨੇ ਸਪੋਰਟ ਕੀਤੀ ਤਾਂ ਫਿਰ ਆਏ ਜੀ, ਘਰਦਿਆਂ ਸਪੋਰਟ ਵੀ ਨਾ ਤਾਂ ਫਿਰ ਕੰਮ ਕੋਈ ਬਣਦਾ ਵੀ ਨਹੀਂ ਜੀ, ਬਣਦਾ ਵੀ ਨਹੀਂ। ਹਾਂਜੀ ਹਾਂਜੀ, ਇਹ ਹੁਣ ਵੀ ਤੁਹਾਨੂੰ ਸਪੋਰਟ ਕਰ ਰਹੇ ਨੇ, ਤਾਂ ਪਹਿਲੇ ਵੀ ਉਹਨਾਂ ਨੇ ਸਪੋਰਟ ਕੀਤੀ ਤਾਂ ਤੁਸੀਂ ਇਹਨੇ ਮੁਕਾਮ ਤੱਕ ਪਹੁੰਚੇ। ਹਾਂਜੀ 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 ਹਾਂਜੀ। ਅਤੇ ਹੋਰ ਤੁਸੀਂ ਦੱਸੋ, ਮਤਲਬ ਕਿ ਤੁਹਾਨੂੰ ਤੁਹਾਡੀ ਲਾਈਕਿੰਗਸ ਕੀ ਨੇ ਅਤੇ ਡਿਸਲਾਈਕਿੰਗ ਕੀ ਨੇ? ਲਾਈਕ ਸੀ, ਜਿਮ ਕਰਦੇ ਡੇਲੀ, ਡਰਾਈਵਿੰਗ ਬਹੁਤ ਪਸੰਦ ਹੈ ਮੈਨੂੰ, ਬਾਕੀ ਹਿਲਸ ਬਹੁਤ ਪਸੰਦ ਹੈ ਜੀ। ਓਕੇ, ਅਤੇ ਮੂਵੀਜ਼, ਹੋਰਰ ਮੂਵੀਜ਼ ਹੋ ਗਈ, ਸਾਰਾ ਕੁਝ ਪਸੰਦ ਹੈ ਮਤਲਬ ਜ਼ਿਆਦਾਤਰ। ਹੋਰਰ ਮੂਵੀਜ਼ ਦੇਖਣਾ ਪਸੰਦ ਹੈ ਜਾਂ ਬਣਾਉਣਾ ਪਸੰਦ ਹੈ? ਦੇਖਣਾ, ਦੇਖਣਾ ਪਸੰਦ ਹੈ ਜੀ। ਨਹੀਂ, ਮੈਂ ਤਾਂ ਲੁੱਕ ਦੇਖ ਕੇ ਲੱਗ ਰਹੀ ਕਿ ਮੈਂ ਕਿਸੇ ਹਾਲੀਵੁੱਡ ਸਟਾਰ ਦੇ ਨਾਲ ਬੈਠਾ ਹੋਇਆ ਅਤੇ ਬਸ ਉਹ ਜਿਹੜਾ ਪੰਜਾਬ ਲਿਖਿਆ ਹੋਇਆ ਹੈ ਉਹ ਪੰਜਾਬੀ 'ਚ, ਬਾਕੀ ਤਾਂ ਤੁਹਾਡੇ ਲੱਗ ਹੀ ਰਹਿ ਰਿਹਾ ਮੈਂ ਕਿਸੇ ਹਾਲੀਵੁੱਡ ਸਟਾਰ। ਨਹੀਂ, ਮੈਂ ਅੱਜ ਜਿੱਦਣ ਕਿਰਾਇਆ ਸੀ ਇਲੂਮਨਾਟੀ ਤਾਂ ਮੈਂ ਇੰਸਟਾ 'ਤੇ ਸ਼ੇਅਰ ਕੀਤੀ, ਮੁੰਡੇ ਕਹਿੰਦੇ ਵੀ ਇਲੂਮਨਾਟੀ ਫੋਲੋਅਰ ਹੋ ਤੁਸੀਂ, ਮਤਲਬ ਇਹੋ ਜਿਹੀ ਕੋਈ ਗੱਲ ਹੈ ਨਹੀਂ, ਇਹ ਸ਼ੌਂਕ ਨੂੰ ਹੀ ਕਰਾਇਆ ਜੀ। ਅੱਛਾ ਜੀ, ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਪਲੀਜ਼ ਇੱਥੇ ਕਲੋਜ਼ ਦਿੱਤਾ ਜਾਵੇ, ਕਿਉਂਕਿ ਕਾਫੀ ਮੈਂ ਇਸ ਤੋਂ ਇੰਪ੍ਰੈਸ ਹੋਇਆ
ਤੇ ਤੁਹਾਡੇ ਫੈਨ ਫੋਲੋਅਰਸ ਵੀ ਇਸ ਚੀਜ਼ ਨੂੰ ਕਾਫੀ ਉਹਨਾਂ ਨੇ ਫੋਲੋ ਕੀਤਾ ਤੁਹਾਡੀ ਇਸ ਟੈਟੂ ਨੂੰ। ਹਾਂਜੀ ਸੋ ਬੜਾ ਵਧੀਆ ਲੱਗ ਰਿਹਾ ਹੈਗਾ। ਸੋ ਕੱਦ ਕਿੰਨਾ ਸਰ ਤੁਹਾਡਾ? 6'3" ਵੀਰ। 6'3"? ਉਹ ਥੋੜਾ ਜਿਹਾ ਮੇਰੇ ਲਈ ਲੱਗ ਜਾਂਦੇ, ਤੁਸੀਂ 6 ਰੱਖ ਲੈਂਦੇ, 3 ਇੰਚ ਥੋੜਾ ਮੈਂ ਵਧਾ ਦਿੰਦੇ, ਠੀਕ ਨਹੀਂ? ਜਿਹੜੇ ਸਿੰਗਰ ਵੱਡੇ ਵੀਰ ਆਉਂਦੇ ਨੇ, ਨਿੰਜਾ ਵੀਰ ਆਉਂਦੇ ਨੇ, ਉਹਨਾਂ ਦਾ ਕੱਦ ਲੰਬਾ। ਹਾਂਜੀ ਤੁਹਾਡਾ ਤਾਂ ਜਮਾ ਹੀ ਲੰਬਾ, ਮੈਂ ਕਿਹਾ ਤੁਹਾਡੇ ਤੋਂ ਲੰਬਾ ਕੋਈ ਹੋਰ ਆਣਾ। ਇੱਕ ਮੇਰੇ ਵੀਰ ਨੇ ਅਮੀਕ ਸਿੰਘ ਵਿਰਕ, ਓਕੇ ਜੀ, ਜਿਨ੍ਹਾਂ ਫਿਲਮ ਨੇ ਬਣਾਈ ਸੀ ਭਲਵਾਨ ਸਿੰਘ, ਹਾਂਜੀ ਹਾਂਜੀ, ਠੀਕ ਹੈ ਜੀ, ਵੱਡੇ ਵੀਰ, ਉਹ ਵੀਰ ਦੀ ਹਾਈਟ ਵੀ 6'3" ਹੈ। ਓਕੇ ਜੀ। ਔਰ ਮਤਲਬ ਉਹਨਾਂ ਨਾਲ ਵੀ ਗੱਲ ਕਰਦੇ ਨੇ, ਮੈਂ ਸਵਾਲ ਪੁੱਛਦੇ ਡਰਦਾ ਸੀਗਾ, ਉਹੀ ਸਵਾਲ ਮੈਨੂੰ ਗੱਲ ਤੁਹਾਡੇ ਨਾਲ ਹੋ ਰਿਹਾ ਕਿ ਤੁਹਾਡਾ ਡਰ ਲੱਗ ਰਿਹਾ। ਨਹੀਂ ਨਹੀਂ ਵੀਰੇ ਜੀ, ਕੋਈ ਗੱਲ ਨਹੀਂ, ਹੈਨਾ, ਕੋਈ ਗੱਲ। ਅੱਛਾ, ਜਿਹੜਾ ਤੁਹਾਡਾ ਤੀਜਾ ਸੀਗਾ ਕਮੀ ਤੇਰੀ, ਉਹਦਾ ਤੁਸੀਂ ਵੀਡੀਓ ਨਹੀਂ ਬਣਾਇਆ, ਮਤਲਬ ਕੀ ਸੀਗਾ? ਵੀਡੀਓ ਜੀ ਕੀਤਾ ਸੀ ਪਲਾਨ, ਉਹਦਾ ਕੁਝ ਡਿਫਰੈਂਟ ਕਰਨਾ ਚਾਹੁੰਦਾ ਸੀ, ਤਾਂ ਬ੍ਰੇਕ ਲਿਆ ਹੋਇਆ ਹਲੇ, ਕਿਉਂਕਿ ਸੌਂਗ ਵਧੀਆ ਬਹੁਤ ਹੈ ਤਾਂ ਵੇਸਟ ਨਹੀਂ ਕਰਨਾ ਚਾਹੁੰਦਾ ਮੈਂ, ਤਾਂ ਮੈਂ ਆਡੀਓ ਕਰਕੇ ਮਤਲਬ ਦਸੰਬਰ ਜਾਂ ਜੈਨ 'ਚ ਅਸੀਂ ਕਰ ਦਾਂਗੇ ਵੀਡੀਓ ਜੀ। ਅੱਛਾ, ਤੁਸੀਂ ਪਲਾਨ ਕਰ ਰਹੇ ਹੋ ਉਸਦੇ ਬਾਰੇ? ਮੇਰਾ ਤੁਹਾਡੇ ਅੱਗੇ ਰਿਕੁਐਸਟ ਹੈ, ਪਲੀਜ਼ ਸਾਨੂੰ ਵੀ ਉਹਦੇ ਦੋ ਬੋਲ ਸੁਣਾਓ ਤਾਂ ਕੀ ਸੀ। ਜ਼ਰੂਰ ਜੀ। ਸੋਹਣਿਆ ਮੈਂ ਪਿਆਰ ਤੈਨੂੰ ਵੇ ਕਿੰਨਾ ਕਰਦੀ ਹਾਂ, ਰੁੱਸ ਨਾ ਜਾਵੇਂ ਇਸੇ ਗੱਲੋਂ ਕਹਿਣੋਂ ਡਰਦੀ ਹਾਂ, ਹਰ ਪਲ ਯਾਦ ਤੇਰੀ ਵਿੱਚ ਸੱਜਣਾ ਰਹਾਂ ਤੜਫਦੀ ਮੈਂ, ਕੀ ਖਾਸ ਜਗ੍ਹਾ ਮੇਰੀ ਜ਼ਿੰਦਗੀ ਵਿੱਚ ਤੇਰੀ ਦੱਸ ਨਹੀਂ ਸਕਦੀ ਮੈਂ। ਥੈਂਕ ਯੂ ਜੀ। ਵਾਹ ਜੀ ਵਾਹ ਵਾਹ, ਬਹੁਤ ਬਹੁਤ ਪਿਆਰਾ ਗਾਇਆ ਗਾ ਤੁਸੀਂ ਦੇ ਸੀ, ਖੋ ਖਾਬਾਂ 'ਚ ਮੈਂ ਪਹੁੰਚ ਗਿਆ ਸੀਗਾ ਕਿਧਰੇ, ਠੀਕ ਹੈ ਜੀ। ਅਤੇ ਅੱਛਾ, ਉਸ ਤੋਂ ਬਾਅਦ ਤੁਹਾਡਾ ਜਿਵੇਂ ਆਰਟ ਗੁਰੂ ਨੇ ਮਿਊਜ਼ਿਕ ਕੀਤਾ ਹੈਗਾ, ਤੁਹਾਡੇ ਕਾਫੀ ਇੰਡਸਟਰੀ ਦੇ ਵਿੱਚ ਤੁਹਾਡੇ ਕਾਫੀ ਮਤਲਬ ਜਿਹਨੂੰ ਆਪਾਂ ਕਹੀਏ ਕਿ ਤੁਹਾਨੂੰ ਪਿਆਰ ਆਡੀਅੰਸ ਮਿਲ ਰਿਹਾ ਹੈਗਾ। ਹੁਣ ਆਪਾਂ ਗੱਲ ਕਰਾਂਗੇ ਸਰ ਤੁਹਾਡੇ ਆਈਡਲ ਦੀ, ਜਿਹਨਾਂ ਤੋਂ ਜਿਹਨੂੰ ਤੁਸੀਂ ਫੋਲੋ ਕਰਦੇ ਹੋ, ਉਹ ਜੇ ਆਪਾਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ, ਤਾਂ ਉਹਦੇ 'ਚ ਕਿਹੜੇ ਉਹ ਸਟਾਰ ਕਲਾਕਾਰ ਨੇ? ਜਿਹਤੋਂ ਮੈਂ ਜਿਸ ਤੋਂ ਇੰਸਪਾਇਰ ਹੋਇਆ ਜੀ ਮੈਂ ਇਸ ਲਾਈਨ 'ਚ ਆਉਣ ਲਈ, ਤਾਂ ਉਹਦਾ ਗਿੱਪੀ ਗਰੇਵਾਲ ਭਾਜੀ ਹੈ। ਅੱਛਾ। ਵੈਸੇ ਗਾਣੇ ਸਟਾਰਟਿੰਗ ਤੋਂ ਬੱਬੂ ਮਾਨ ਭਾਈ ਦੇ ਬਹੁਤ ਸੁਣਦੇ ਹਾਂ, ਮਤਲਬ ਇਹਨਾਂ ਦੋਨਾਂ ਨੂੰ ਬਹੁਤ ਸੁਣਿਆ ਸੀ, ਰਿਸਪੈਕਟ ਕਰਦੇ ਹਾਂ ਬਹੁਤ ਇਹਨਾਂ ਦੀ, ਛੋਟੇ ਹੁੰਦੇ ਦੇਖਦੇ ਹਾਂ ਜੀ। ਇੰਸਪਾਇਰ ਮੈਂ ਇਸ ਲਾਈਨ 'ਚ ਆਉਣ ਲਈ ਗਿੱਪੀ ਭਾਜੀ ਤੋਂ ਹੋਇਆ ਜੀ। ਰੀਜ਼ਨ? ਸਟਾਈਲ ਉਹਨਾਂ ਦਾ ਜੋ ਵੀ ਸੀ, ਜਦੋਂ ਉਹਨਾਂ ਦੇ ਗਾਣੇ ਆਏ ਵਧੀਆ ਲੱਗਿਆ ਉਹਨਾਂ ਦਾ ਸਭ ਕੁਛ, ਡਰੈਸਿੰਗਸ ਹੈ ਜਾਂ ਸੌਂਗਸ ਹੋ ਗਏ, ਐਕਟਿੰਗ ਹੋ ਗਈ, ਹਰ ਚੀਜ਼ ਵਧੀਆ ਲੱਗੀ ਜੀ, ਤਾਂ ਮੇਰਾ ਵੀ ਮਨ ਹੋ ਗਿਆ ਹਾਂ ਮੈਂ ਵੀ ਇਸ ਲਾਈਨ 'ਚ ਕਰਾਂ। ਓਕੇ, ਉਸ ਤੋਂ ਤੁਸੀਂ ਮੋਟੀਵੇਟ ਹੋ ਕੇ? ਬਹੁਤ ਜ਼ਿਆਦਾ ਜੀ। ਠੀਕ, ਹੁਣ ਤੁਹਾਡੇ ਤੋਂ ਕਈ ਲੋਕ ਮੋਟੀਵੇਟ ਹੋ ਰਹੇ ਨੇ। ਹਾਂਜੀ ਹਾਂਜੀ। ਅਤੇ ਮਾਨ ਸਾਹਿਬ ਬਾਰੇ ਤੁਹਾਡਾ ਕੀ ਕਹਿਣਾ ਹੈ? ਬੱਬੂ ਮਾਨ ਸਾਹਿਬ ਬਾਰੇ? ਉਹਦਾ ਹੀ ਫਨਕਾਰ ਹੈ ਇੱਕ, ਹੈ ਨਾ, ਉਹਨਾਂ ਬਾਰੇ ਕਿਆ ਕਹਿ ਸਕਦੇ ਹਾਂ, ਜਿੰਨਾ ਬੋਲੀ ਉਨਾ ਘੱਟ ਹੈ ਜੀ। ਵਾਹ ਜੀ ਵਾਹ। ਮੈਂ ਜਿੰਨੇ ਵੀ ਮੇਰੇ ਕੋਲ ਸਿੰਗਰ ਆਉਂਦੇ ਨੇ ਜਾਂ ਮਿਊਜ਼ਿਕ ਡਾਇਰੈਕਟਰ ਜੋ ਵੀ ਆਉਂਦੇ ਨੇ ਇੰਡਸਟਰੀ ਦੇ ਜੁੜੇ ਹੋਏ, ਉਹਨਾਂ ਕੋਲ ਅਲਫਾਜ਼ ਹੀ ਨਹੀਂ ਹੁੰਦੇ ਬੱਬੂ ਮਾਨ ਸਾਹਿਬ ਬਾਰੇ ਕੁਛ ਕਹਿਣ ਦੇ ਲਈ, ਕਹਿੰਦੇ ਅਸੀਂ ਉਹਦੇ ਲਈ, ਅਸੀਂ ਕਹਿੰਦੇ ਡਿਜ਼ਰਵ ਹੀ ਨਹੀਂ ਕਰਦੇ ਕਿ ਅਸੀਂ ਇੰਨੇ ਵੱਡੇ ਫਨਕਾਰ ਬਾਰੇ ਕੁਝ ਦੱਸ ਸਕੀਏ। ਔਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਬੂ ਮਾਨ ਸਾਹਿਬ ਜੇ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ 1 ਮਿੰਟ ਦੇ ਲਈ ਵੀ ਉਹ ਆ ਜਾਣ, ਦਰਸ਼ਨ ਦੇ ਜਾਣ, ਤਾਂ ਸਾਡੇ ਪ੍ਰੋਗਰਾਮ ਨੂੰ ਵੀ 4 ਚੰਨ ਲੱਗ ਜਾਣਗੇ, ਕਿਉਂਕਿ ਅਸੀਂ ਤਾਰੇ ਤਾਂ ਸਾਰੇ ਬੈਠੇ ਹੁੰਦੇ ਨੇ, ਨਾਲ ਨਾਲ 1 ਚੰਨ ਦਾ ਹੋਣਾ ਜ਼ਰੂਰੀ ਹੈ, ਤਾਂ ਉਹ ਪੂਰੀ ਰਾਤ ਜਿਹੜੀ ਹੈ ਉਹ ਚਮਕਦੀ ਹੈਗੀ ਹੈ, ਉਹਦੇ 'ਚ ਰੋਸ਼ਨੀ ਆਉਂਦੀ ਹੈਗੀ ਹੈ ਜੀ। ਬਾਬਾ ਗੁਰਦਾਸ ਮਾਨ ਜਿਹਨੂੰ ਇੱਕ ਬਾਬਾ ਦਾ ਰੂਪ ਵੀ ਬਣਿਆ ਹੋਇਆ, ਜਿਹਨੂੰ ਬਾਬਾ ਬੋਰਡ ਵੀ ਕਹਿੰਦੇ ਨੇ, ਉਹਨਾਂ ਬਾਰੇ ਤੁਸੀਂ ਦੱਸੋ ਤੁਹਾਡਾ ਕੀ ਕਹਿਣਾ, ਕਿਉਂਕਿ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੀ ਬਾਕੀ ਦੇ ਜਿਹੜੇ ਲੈਜੈਂਡ ਹੈਗੇ ਨੇ ਉਹਨਾਂ ਦੇ ਪ੍ਰਤੀ ਤੁਹਾਡੇ ਦਿਲ ਦੇ ਵਿੱਚ ਮਤਲਬ ਕਿਸ ਤਰ੍ਹਾਂ ਦਾ ਤੁਸੀਂ ਉਹਨਾਂ ਦੀ ਭਾਵਨਾ ਥਿੰਕਿੰਗ ਜਾਂ ਸੋਚ? ਇੱਕ ਰਿਸਪੈਕਟ ਹੈ ਜੀ ਉਹਨਾਂ ਲਈ, ਹੈ ਨਾ ਜੀ, ਅਤੇ ਕਹਿ ਤਾਂ ਹੁਣ ਸਭ ਨੂੰ ਪਤਾ ਹੀ ਉਹਨਾਂ ਬਾਰੇ, ਹੈ ਨਾ, ਆਪਾਂ ਤਾਂ ਬਸ ਰਿਸਪੈਕਟ ਰੱਖੀ ਉਹਨਾਂ ਲਈ ਬਹੁਤ, ਕਿਉਂਕਿ ਕੰਮ ਉਹਨਾਂ ਨੇ ਬਹੁਤ ਵਧੀਆ ਕੀਤਾ, ਹੁਣ ਤਾਂ ਚਲੋ ਵੀ ਕਹਿ ਲਓ ਵੀ ਅਸੀਂ ਨਵੇਂ ਬੰਦੇ ਹਾਂ, ਸਾਡੇ ਲਈ ਰੱਬੇ ਹੈ ਜੀ ਉਹ, ਜਿਹੜੇ ਲੈਜੈਂਡ ਕਹਿ ਸਕਦੇ ਉਹਨਾਂ ਤੁਸੀਂ ਜੀ 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 ਜੀ। ਉਹ ਬੰਦੇ ਲੈਜੈਂਡ ਚਾਹੁੰਦੇ ਨੇ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਆ ਗਏ ਜੀ, ਲਤਾ ਮੰਗੇਸ਼ਕਰ ਜੀ ਆ ਗਏ ਜੀ, ਆਸ਼ਾ ਬੋਂਸਲੇ ਜੀ ਜਿਹੜੇ ਇਹ ਵੀ ਹੋ ਗਏ ਨੇ। ਸੋ ਇਸ ਤਰ੍ਹਾਂ ਮੇਰਾ ਵੀ ਕਾਫੀ ਦਿਲ ਕਰਦਾ ਕਿ ਮੈਂ ਜਿਹੜੀ ਇੰਟਰਵਿਊਜ਼ ਕੰਡਕਟ ਕਰਨ, ਜਿਵੇਂ ਨਸੀਬੋ ਹੈਗੇ ਨੇ, ਮੇਰੇ ਵੀ ਖਾਬ ਹੈਗਾ ਕਿ ਮੈਂ ਇੰਨੇ ਵੱਡੇ ਵੱਡੇ ਸਿਤਾਰਿਆਂ ਦੇ ਵਿੱਚੋਂ ਆਤਿਫ ਅਸਲਮ ਜੀ ਦੀ, ਨਸੀਬੋ ਜੀ ਦੀ, ਇਹਨਾਂ ਦੀ ਇੰਟਰਵਿਊ ਕਰਾਂ, ਆਰਿਫ ਲੋਹਾਰ ਸਾਹਿਬ ਦੀ, ਜ਼ਰੂਰ ਜੀ, ਠੀਕ ਹੈ ਜੀ, ਜਿਹਨਾਂ ਦਾ ਜੁਗਨੀ ਗਾਇਆ ਹੋਇਆ ਬੜਾ ਸੋਹਣਾ ਲੱਗਦਾ। ਸੋ ਮੈਨੂੰ ਵੀ ਮਾਣ ਹੋਊਗਾ ਕਿ ਮੈਂ ਇੰਨੇ ਵੱਡੇ ਕਲਾਕਾਰਾਂ ਦੀ ਇੰਟਰਵਿਊ। ਬਿਲਕੁਲ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਮਤਲਬ ਇੰਨਾ ਬੋਲਦੇ ਚਾਲਦੇ ਕਿਉਂ ਨਹੀਂ? ਤੁਸੀਂ ਮਤਲਬ ਬੜਾ ਘੱਟ ਤੁਸੀਂ ਲੱਗ ਕੇ ਜਸਟ ਲਾਈਕ ਇੰਟਰਵਿਊ ਇਸ ਤਰ੍ਹਾਂ ਦੇ ਰਹੇ ਹੋ, ਹਾਂ ਹਾਂ ਹਾਂ। ਜਦੋਂ ਤੁਸੀਂ ਬਾਹਰ ਤੋਂ ਦੇ ਹੋਵੋਗੇ ਤਾਂ ਮੈਂ ਕਿਹਾ ਤੁਹਾਨੂੰ ਸਾਰੀ ਦੁਨੀਆ ਕਹਿੰਦੇ ਨੇ ਯਾਰ ਇਹ ਤਾਂ ਬਾਉਂਸਰ ਜਾ ਰਿਹਾ, ਯਾਰ ਆਹ ਆਗ ਜਾ ਰਿਹਾ, ਤਾਂ ਸਟਾਰ ਜਾ ਰਿਹਾ, ਸਟਾਰ ਹੋ ਤਾਂ ਘੱਟ ਬੋਲਦੇ ਹੋ? ਸਟਾਰਟਿੰਗ ਦੀ ਨੇਚਰ ਐਵੇਂ ਦੀ ਜੀ, ਆਪਣੇ 'ਚ ਰਿਜ਼ਰਵ ਰਹਿੰਦੇ ਹੋ। ਹਾਂਜੀ ਹਾਂਜੀ ਹਾਂਜੀ। ਓਕੇ ਓਕੇ ਓਕੇ। ਅਤੇ ਮਤਲਬ ਫਿਰ ਫਰੈਂਡ ਸਰਕਲ ਕਿਵੇਂ ਤੁਹਾਡਾ? ਫਰੈਂਡ ਸਰਕਲ ਜੀ ਮੇਰਾ ਬਹੁਤ ਘੱਟ ਹੈ ਜੀ,
ਤੁਸੀਂ ਕਹਿ ਲਓ ਗਿਣ ਕੇ ਦੋ ਤਿੰਨ ਫਰੈਂਡਸ ਹੈ ਜੀ ਮੇਰੇ। ਤਾਂ ਮੈਂ ਫਰੈਂਡ ਗਰੁੱਪ ਮੇਰਾ ਕਦੇ ਰਿਹਾ ਨਹੀਂ ਜੀ, ਫਰੈਂਡ ਜਿਵੇਂ ਕਹਿੰਦੇ ਗਰੁੱਪ ਆ ਸਾਡਾ, ਉਹ ਚੀਜ਼ ਕਦੇ ਰਹੀ ਨਹੀਂ, ਦੋ ਜਾਂ ਤਿੰਨ ਫਰੈਂਡਸ ਰਹੇ ਹਾਂ, ਬਾਹਲੇ ਚੇਂਜ ਵੀ ਨਹੀਂ ਕਰੇ ਜੀ। ਮੈਂ ਕਿਹਾ ਗਰੁੱਪ 'ਚ ਜਾਣ ਦੀ ਲੋੜ ਵੀ ਨਹੀਂ, ਤੁਹਾਡੇ ਇੱਕ ਰੱਬ ਦੀ ਕਿਰਪਾ ਨਾਲ ਇੱਕ ਬੰਦੇ ਤੁਹਾਡੇ 10 ਬੰਦਿਆਂ ਦੇ ਬਰਾਬਰ ਹੈ, ਇੱਕ ਬੰਦਾ ਹੀ ਹੈ ਨਾ, ਉਹ 30 ਬੰਦੇ ਤਾਂ ਇੰਝ ਹੀ ਹੋ ਗਏ, ਗਰੁੱਪ ਤਾਂ ਪੂਰਾ ਹੋ ਹੀ ਗਿਆ ਤਿੰਨ ਬੰਦਿਆਂ ਦੇ ਨਾਲ। ਠੀਕ ਹੈ ਜੀ, ਮੈਂ ਅੱਗੋਂ ਦੀ ਇੰਟਰਵਿਊ ਲੈਣਾ ਹਾਲੇ ਆਇਆ ਕਰਾਂ ਤੁਹਾਡੇ ਕੋਲ ਕਿਤੇ ਸਟੂਡੀਓ ਤੋਂ, ਤੁਸੀਂ ਮੈਨੂੰ ਇੰਟਰਵਿਊ ਦੇ ਦਿਆ ਕਰੋਗੇ ਕਿ ਧੱਕਾ ਮਾਰ ਕੇ ਭਜਾਤਾ ਕਰੋਗੇ? ਜ਼ਰੂਰ ਭਾਈ, ਜ਼ਰੂਰ, ਮੋਸਟ ਵੈਲਕਮ। ਕੈਮਰੇ 'ਤੇ ਪ੍ਰੋਮਿਸ ਕਰ ਰਹੇ ਹੋ? ਧੱਕਾ ਨਹੀਂ ਮਾਰਨਾ? ਨਹੀਂ ਨਹੀਂ ਭਾਈ, ਪਹਿਲਾਂ ਮੈਂ 1-1.5 ਸਾਲ ਇੰਤਜ਼ਾਰ ਕੀਤਾ। ਤੁਸੀਂ ਇੱਕ ਕਾਲ ਕਰੋਗੇ ਜ਼ਰੂਰ। ਤੁਹਾਡਾ ਪਿਆਰ, ਤੁਹਾਡਾ ਪਿਆਰ, ਆਡੀਅੰਸ ਦਾ ਪਿਆਰ, ਤੁਹਾਡਾ ਪਿਆਰ ਜੀ, ਬਹੁਤ ਵਧੀਆ ਲੱਗਿਆ ਜੀ। ਗੈਵੀ ਜੀ, ਤੁਹਾਡਾ ਜਿਹੜਾ ਨੈਕਸਟ ਪ੍ਰੋਜੈਕਟ ਹੈ ਆਉਣ ਵਾਲਾ, ਜਿੱਥੇ ਤੁਸੀਂ ਵਰਕ ਕਰ ਰਹੇ ਹੋ, ਜਿੱਥੇ ਤੁਸੀਂ 1 ਸਾਲ ਤੋਂ ਗੈਪ ਲਿੱਤਾ ਹੈਗਾ, ਸਾਨੂੰ ਉਸ ਪ੍ਰੋਜੈਕਟ ਬਾਰੇ ਥੋੜ੍ਹਾ ਜਿਹਾ ਦੱਸੋ। ਪ੍ਰੋਜੈਕਟ 3-4 ਆ ਰਹੇ ਹੈ, ਅਤੇ ਉਹਨਾਂ 'ਚ ਕੁਛ ਲਾਈਨ ਮੈਂ ਸ਼ੇਅਰ ਕਰਨਾ ਚਾਹੁੰਦਾ, ਸੈਡ ਸੌਂਗ ਹੈ ਜੀ ਉਹ ਜੀ, ਅਤੇ ਮੈਨੂੰ ਕਾਫੀ ਪਸੰਦ ਸੀਗਾ ਸੌਂਗ, ਮੈਨੂੰ 2 ਸਾਲ ਦਾ ਪਿਆ ਸੌਂਗ ਵੈਸੇ, ਬਟ ਹੁਣ ਮੈਂ ਸੋਚਿਆ ਕਿ ਹਾਂ ਕਰਨਾ ਚਾਹੀਦਾ ਉਹਨੂੰ। ਹਾਂਜੀ, ਅਤੇ ਮੈਂ ਲਾਈਨ ਸ਼ੇਅਰ ਕਰਨਾ ਚਾਹੂੰਗਾ। ਸੋਚਾਂ ਤੋਂ ਦੂਰ ਪਰੇ ਵੇ ਦੱਸ ਕਿੱਥੇ ਰਹਿਣਾ ਏ, ਹੋ ਕਦੇ ਪਿਆਰ ਜਤਾਵੇਂ ਨਾ ਉਂਝ ਆਪਣੀ ਕਹਿਣਾ ਏ, ਹੁਣ ਨੀਂਦ ਨਾ ਆਵੇ ਰਾਤਾਂ ਨੂੰ ਕੀ ਹੋਈ ਜਾਂਦਾ ਏ, ਸਾਹ ਰੁਕਦੇ ਜਾਂਦੇ ਨੇ ਦਿਲ ਰੋਈ ਜਾਂਦਾ ਏ, ਸਾਹ ਰੁਕਦੇ ਜਾਂਦੇ ਨੇ ਦਿਲ ਰੋਈ ਜਾਂਦਾ ਏ। ਥੈਂਕ ਯੂ ਜੀ। ਵਾਹ ਜੀ ਵਾਹ ਸਰ, ਤੁਸੀਂ ਥੈਂਕਸ ਨਾ ਕਿਹਾ ਕਰੋ, ਥੈਂਕਸ ਅਸੀਂ ਕਿਹਾ ਕਰਨਾ, ਜਿਹੜੀ ਤੁਸੀਂ ਸਾਡੀ ਫਰਮਾਇਸ਼ ਹੈ, ਜਿਹੜੀ ਸਾਡੀ ਰਿਕੁਐਸਟ ਹੈ, ਤੁਸੀਂ ਇਹਨੂੰ ਮੰਨਦੇ ਹੋ, ਪੂਰਾ ਕਰਦੇ ਹੋ ਜੀ। ਥੈਂਕ ਯੂ। ਅਤੇ ਫਿਲਮਾਂ ਦੇ ਵਿੱਚ ਤੁਹਾਨੂੰ ਕੋਈ ਔਫਰਸ ਆਈਆਂ ਨੇ? ਫਿਲਮਾਂ ਜੀ 1-2 ਔਫਰ ਆਈਆਂ ਸੀ, ਬਟ ਮੈਂ ਹਲੇ ਫੋਕਸ ਉਹਦੇ ਕਰਨਾ ਨਹੀਂ ਚਾਹੁੰਦਾ, ਸਿੰਗਿੰਗ ਵੱਲ ਜ਼ਿਆਦਾ ਮੇਰਾ ਫੋਕਸ ਸੀਗਾ, ਤਾਂ ਹਲੇ ਕੋਈ ਪਲਾਨ ਹੈ ਨਹੀਂ ਜੀ ਮੂਵੀਜ਼ ਜੀ ਜੀ। ਜਿਵੇਂ ਮੈਂ ਤੁਹਾਡੇ ਬਾਰੇ ਥੋੜ੍ਹਾ ਜਾਣਿਆ ਅਤੇ ਪੜ੍ਹਿਆ, ਅਤੇ ਉਹਦੇ 'ਚ ਇਹ ਸੀਗਾ ਕਿ ਤੁਸੀਂ ਅਜੇ 1 ਸਾਲ ਤੁਸੀਂ ਹੋਰ ਅਜੇ ਕੁਛ ਫਿਲਮ 'ਚ ਨਹੀਂ ਕਰਨਾ ਚਾਹੁੰਦੇ? ਹਾਂਜੀ ਹਾਂਜੀ, ਤੁਸੀਂ ਗਾਣੇ ਦੇ ਮੇਨ ਕੰਸਟਰੇਟ ਕਰਨਾ ਚਾਹੁੰਦੇ ਹੋ? ਠੀਕ ਠੀਕ ਠੀਕ। ਅਤੇ ਜਿਹੜਾ ਤੁਸੀਂ ਜਿਹੜਾ ਤੁਹਾਡਾ ਬਚਪਨ ਬੀਤਿਆ, ਠੀਕ ਹੈ, ਬਚਪਨ ਬੀਤਿਆ, ਸਾਨੂੰ ਉਹਦੇ ਬਾਰੇ ਦੱਸੋ ਕਿ ਆਪਣੇ ਟਾਈਮ ਦੇ ਵਿੱਚ, ਆਪਣੇ ਬਚਪਨ ਦੇ ਵਿੱਚ ਤੁਸੀਂ ਸ਼ਰਾਰਤੀ ਹੁੰਦੇ ਸੀ ਕਿ ਉਹ ਯੂ ਨੋ ਉਹ ਗੁੱਲੀ ਡੰਡਾ ਜਾਂ ਕੁਛ ਜਸਟ ਲਾਈਕ ਖੇਡਣਾ, ਬੰਟੇ ਖੇਡਣੇ, ਤੁਸੀਂ ਵੀ ਖੇਡੇ ਹੋ ਜਾਂ ਤੁਹਾਡੇ ਵੀ ਸ਼ੌਂਕ ਹਿੱਸਾ ਹਲੇ ਸੀਗਾ? ਮਤਲਬ ਸਟਾਰਟਿੰਗ ਤੱਕ ਖੇਲੀਆਂ ਜੀ, ਬਹੁਤ ਖੇਲੀਆਂ, ਕ੍ਰਿਕਟ ਵੀ ਖੇਲਦਾ ਰਹੀ ਮੈਂ +2 ਤੱਕ ਬਹੁਤ, ਮਤਲਬ ਉਸ ਫਿਰ ਘਰਦਿਆਂ ਨੇ ਜਾਣ ਨਹੀਂ ਦਿੱਤਾ ਉਹ ਤੋਂ ਅੱਗੇ, ਉਹਨਾਂ ਦਾ ਮਨ ਹੈ ਨਹੀਂ ਸੀ, ਮਤਲਬ ਮੈਂ ਸਟੇਟ ਲੈਵਲ ਖੇਲੀ ਕ੍ਰਿਕਟ, ਓਕੇ, ਅਤੇ ਫਿਰ ਉਸ ਤੋਂ ਬਾਅਦ ਘਰਦਿਆਂ ਨੇ ਸਪੋਰਟ ਨਹੀਂ ਕੀਤਾ ਉਸ ਚੀਜ਼ ਲਈ, ਤਾਂ ਫਿਰ ਛੱਡਤੀ, ਫਿਰ ਜ਼ਿਆਦਾ ਮੰਨਦਿਆਂ ਨਹੀਂ ਕੀਤਾ। ਸ਼ੌਂਕ ਲਈ ਮੈਂ ਹਲੇ ਵੀ ਖੇਡ ਲੈਂਦਾ ਕ੍ਰਿਕਟ ਵਗੈਰਾ। ਅੱਛਾ, ਖੇਡ ਲੈਂਦੇ ਫਿਰ ਪੱਕਾ, ਛੱਕੇ ਮਾਰਦੇ ਹੋਗੇ, ਚੌਕੇ ਛੱਕੇ ਜਾਂਦੇ ਹੋਣਗੇ ਸਰ, ਕਹਿ ਸਕਦੇ ਜੀ। ਸਾਨੂੰ ਵੀ ਲਾਉਣਾ ਸੀ ਮੈਚ, ਆ ਕੇ ਤੁਹਾਡਾ ਕਵਰ ਕਰਾਂਗੇ ਜ਼ਰੂਰ ਬਾਈ, ਠੀਕ ਹੈ। ਮਤਲਬ ਤੁਸੀਂ ਕੋਈ ਚੀਜ਼ ਛੱਡੀ ਨਹੀਂ, ਬਾਡੀ ਬਿਲਡਿੰਗ ਹੋ ਗਿਆ, ਜਿਮ ਹੋ ਗਿਆ, ਕ੍ਰਿਕਟ ਰਹਿ ਗਿਆ ਸੀ, ਤੁਸੀਂ ਉਹ ਵੀ ਉਹਦੇ 'ਚ ਕਰ ਲਿਆ ਹੈਗਾ, ਰੋਮੈਂਟਿਕ ਸੌਂਗ ਆ ਗਿਆ, ਤੁਸੀਂ ਉਹ ਵੀ ਪੂਰੇ ਗਾਏ ਨੇ, ਹੈ ਨਾ ਜੀ, ਮੈਂ ਸਭ ਤੋਂ ਤੁਸੀਂ ਧੂਮਾਂ ਪਾ ਰਹੇ ਨੇ, ਕਰ ਰਹੇ ਹੋ ਜੀ, ਚੱਕ ਰਹੇ ਹੋ ਕੰਮ, ਹੈ ਨਾ ਜੀ। ਅਤੇ ਤੁਹਾਡਾ ਆਪਣਾ ਆਪਣਾ ਇੰਡਸਟਰੀ 'ਚ ਫੇਵਰੇਟ ਸੌਂਗ ਕਿਹੜਾ, ਜਿਹੜਾ ਕਿਸੇ ਹੋਰ ਸਿੰਗਰ ਨੇ ਗਾਇਆ ਹੋਵੇ? ਫੇਵਰੇਟ ਜੀ ਬੱਬੂ ਮਾਨ ਭਾਅ ਜੀ ਦਾ ਜੀ, ਹਸ਼ਰ ਸੌਂਗ, ਮੂਵੀ ਬਹੁਤ ਮੈਨੂੰ ਵਧੀਆ ਲੱਗੀ ਸੀ ਉਸ ਟਾਈਮ, ਇਹ ਸੌਂਗ ਮੈਂ ਅੱਜ ਤੱਕ ਸੁਣ ਲੈਂਦਾ ਜੀ, ਕਿਤੇ ਜਾਂਦੇ ਹਾਂ ਨਾ, ਅਤੇ ਬੋਰ ਨਹੀਂ ਹੋਈ ਜੀ ਕਦੇ ਸੌਂਗ ਤੋਂ, ਤਾਂ ਉਹਦੀ ਮੈਂ ਕੁਛ ਲਾਈਨਸ ਜੀ ਆ ਜ਼ਰੂਰ ਸਾਰੀ ਨਜ਼ਰ ਕਰੋ ਜੀ ਪਲੀਜ਼। ਅੱਜ ਦਿਨ ਹਸ਼ਰ ਦਾ ਨਿਕਲ ਮੈਂ ਨਹੀਂ ਰਹਿਣਾ, ਮੁੱਲ ਮੋੜਨਾ ਪੈਣਾ। ਵਾਹ ਜੀ ਵਾਹ, ਬਹੁਤ ਵਧੀਆ ਗਾਇਆ ਤੁਸੀਂ, ਮਤਲਬ ਗਾ ਕੇ ਨਾ ਜੋ ਤੁਸੀਂ ਗਾਉਂਦੇ ਹੋ ਨਾ, ਮਤਲਬ ਮੈਨੂੰ ਇੱਕ ਅਹਿਸਾਸ ਹੁੰਦਾ ਹੈਗਾ, ਇੱਕ ਫੀਲ ਹੁੰਦਾ ਕਿ ਵਾਕਈ ਯਾਰ ਜ਼ਿੰਦਗੀ ਦੇ ਵਿੱਚ ਦੁਨੀਆ ਕਿੰਨੀ ਰੰਗੀਲੀ ਹੈ, ਮਤਲਬ ਕਿੱਥੇ ਤੱਕ ਦੁਨੀਆ ਡਿਜ਼ਰਵ ਕਰਦੀ ਹੈ, ਹੈ ਨਾ, ਸਮੁੰਦਰ ਹੈ, ਗੰਗਾ ਹੈ, ਮਤਲਬ ਪੂਰਾ ਇੰਨਾ ਵੱਡਾ ਦਰਿਆ ਹੈਗਾ ਜਿਹਦਾ ਕੋਈ ਅੰਤ ਨਹੀਂ ਹੈਗਾ, ਕਿਨਾਰਾ ਹੀ ਨਹੀਂ ਹੈ। ਬਿਲਕੁਲ ਸਹੀ। ਹਾਂ ਅੱਛਾ, ਇੱਕ ਮੈਂ ਤੁਹਾਨੂੰ ਪ੍ਰੋਗਰਾਮ ਦੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਚਾਹਾਂਗਾ, ਜਿਹੜੇ ਵੱਡੇ ਵੱਡੇ ਸਟਾਰ ਹੁੰਦੇ ਨੇ, ਹਾਂਜੀ, ਮੈਨੂੰ ਇਹਨਾਂ ਦੇ ਜਿਹੜੇ ਵਾਲ ਦੇ ਕਲਰ ਆਹ ਦੇਖੋ ਤੁਸੀਂ ਸ਼ੇਡ ਕਰਾਏ ਹੋਏ ਨੇ, ਆਹ ਪੈਂਟਾਂ ਜਿਹੜੀਆਂ ਥੋੜ੍ਹੀ ਜਿਹੀ, ਮੈਂ ਵੀ ਪਹਿਲਾਂ ਮੈਨੂੰ ਫਟੀਆਂ ਫਟੀਆਂ ਸੀ, ਮੈਂ ਸਟਾਰ ਤਾਂ ਹੈ ਨਹੀਂ ਸਰ, ਮੈਨੂੰ ਲੋਕ ਕਹਿੰਦੇ ਜੀ ਗਰੀਬ ਹੈ, ਗਰੀਬ ਕੱਪੜੇ ਪਾਉਂਦਾ, ਮੈਂ ਕਿਹਾ ਮੈਂ ਤਾਂ ਪਹਿਲੇ ਹੀ ਮਿਲਾਂਗਾ, ਮੈਂ ਟੱਚ ਕਰਕੇ ਦੇਖ ਸਕਦਾ ਤੁਹਾਨੂੰ ਕਿ ਤੁਸੀਂ ਹੈ ਉਹੀ ਇਨਸਾਨ, ਪਾਣੀ ਤੁਸੀਂ ਉਹੀ ਪੀਂਦੇ ਹੋ? ਹਾਂਜੀ ਵੀਰੇ, ਉਹੀ ਦੇਖਾ, ਹਾਂਜੀ ਜ਼ਰੂਰ ਵੀਰੇ, ਹਾਂ ਯਾਰ ਹੈ ਗੱਲ, ਤੁਹਾਡੇ ਤਾਂ ਜਿਹੜੇ ਸ਼ੂ ਨੇ ਮੇਰੇ ਕੋਲ ਉਹ ਵੀ ਮੇਰੇ ਕੋਲ ਚਾਂਦੀ ਦੇ ਨੇ? ਨਹੀਂ ਨਹੀਂ ਭਾਜੀ, ਹਾਂ ਜ਼ਾਰਾ ਦੇ ਹੀ ਸ਼ੂਜ਼ ਤਾਂ। ਮੈਂ ਨਾ ਜਦੋਂ ਵੀ ਕੋਈ ਸਟਾਰ ਆਉਂਦਾ ਨਾ, ਮੈਂ ਪਹਿਲਾਂ ਉਹਨੂੰ ਦੇਖਦਾ ਯਾਰ
ਕਿੱਥੇ ਟੱਚ ਕਰਾਂ, ਮਤਲਬ ਮੈਂ ਦੇਖਦਾ ਸੀ ਬੰਦੇ ਦੇ, ਮੈਂ ਕਿਹਾ ਤੁਹਾਡਾ ਜਿਹੜਾ ਬ੍ਰੈਸਲੈਟ ਆ ਜਾਂ ਤੁਹਾਡੀ ਜਿਹੜੀ ਵਾਚ ਹੋਏਗੀ ਆ, ਹੈ ਨਾ, ਮੈਨੂੰ ਤਾਂ ਘੜਾ ਵੀ ਨਹੀਂ ਕਹਿਣਾ ਆਉਂਦਾ, ਘੜੀ ਵੀ ਨਹੀਂ ਕਹਿ ਜਾਂਦੀ, ਉਹ ਵੀ ਨਾ ਬੜਾ ਅਲੱਗ ਜਿਹਾ ਲੱਗਦਾ, ਹਾਂ ਯਾਰ ਇੰਨੇ ਵੱਡੇ ਸਟਾਰ, ਇੰਨੇ ਵੱਡੇ ਸਟਾਰ, ਟਰੈਂਡ ਇਹੀ ਚੱਲ ਰਿਹਾ, ਲੋਕ ਪਸੰਦ ਅੱਜ ਕੱਲ੍ਹ ਇਹੀ ਚੀਜ਼ਾਂ ਕਰਨੀਆਂ, ਸਿੰਪਲ ਬਣ ਕੇ ਵੀ ਯਾਰ ਜ਼ਿਆਦਾ, ਜਿਵੇਂ ਜੋ ਅਲੱਗ ਚੀਜ਼ ਆ ਉਹੀ ਵਿਕਦੀ ਜੀ ਇੰਡਸਟਰੀ 'ਚ ਅੱਜ ਦੇ ਟਾਈਮ 'ਚ। ਜੀ 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 ਹਾਂਜੀ, ਹਾਂ ਤੁਸੀਂ ਗੱਲ ਯਾਦ ਆਈ ਮੈਨੂੰ ਇੱਕ, ਛੋਟੇ ਨੇ ਤੁਸੀਂ ਵੀ ਕਦੀ ਸੋਚਿਆ ਸੀਗਾ ਆਪਣੇ ਬਚਪਨ ਦੇ ਵਿੱਚ ਕਿ ਹਾਂ ਮੈਂ ਉਸ ਸਟਾਰ ਨੂੰ, ਉਹ ਵੀ ਸਟਾਰ ਹੁੰਦੇ ਅਸੀਂ ਵੀ ਮਿਲਾਂਗੇ ਉਹਨਾਂ ਨੂੰ, ਜਾਂ ਹਾਂਜੀ ਮਿਲਦਾ ਵੀ ਰਿਹਾ ਜੀ, ਮੈਂ ਗਿੱਪੀ ਭਾਅ ਜੀ ਨੂੰ ਤੁਸੀਂ ਕਹਿ ਲਓ, ਮੈਂ 5-6 ਵਾਰ ਸ਼ੂਟਿੰਗਸ ਹੁੰਦੀ ਸੀ ਉਹਨਾਂ ਦੀਆਂ, ਪਟਿਆਲੇ ਸ਼ੂਟ ਹੋਇਆ, ਚੰਡੀਗੜ੍ਹ ਮੈਂ ਬਹੁਤ ਵਾਰ ਮਿਲੇ ਜੀ ਉਹਨਾਂ ਨੂੰ ਜਾ ਕੇ। ਅੱਛਾ ਜੀ। ਸਪੈਸ਼ਲੀ ਅਤੇ ਬੱਬੂ ਮਾਨ ਭਾਅ ਜੀ ਨੂੰ ਵੀ ਮਿਲੇ ਮੈਂ, ਗੁਰਦਾਸ ਮਾਨ ਭਾਅ ਜੀ ਨੂੰ ਵੀ ਮਤਲਬ ਮਿਲੇ, ਸ਼ੌਂਕ ਮੈਨੂੰ ਸੀਗਾ ਮਿਲਣ ਦਾ, ਬਟ ਗਾਇਕੀ ਦਾ ਸ਼ੌਂਕ ਫਿਰ ਮੈਨੂੰ ਬਾਅਦ 'ਚ ਪਿਆ ਜੀ। ਹੁਣ ਮੈਂ ਵੀ ਕਹਾਂਗਾ ਕਿ ਮੈਂ ਵੀ ਤੁਹਾਨੂੰ ਗੈਵੀ ਸੱਗੂ ਜੀ ਨੂੰ ਮਿਲਿਆ ਹੈਗਾ, ਮੇਰੇ ਕੋਲ ਪ੍ਰੂਫ ਆ ਗਿਆ ਜੀ। ਹਾਂਜੀ ਹਾਂਜੀ, ਠੀਕ ਹੈ। ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੋਈ ਇੱਕ ਮਿੱਠਾ ਜਿਹਾ ਸੰਦੇਸ਼? ਇਹੀ ਕਹਾਂਗਾ ਜੀ, ਹੱਸਦੇ ਰਹੋ, ਵੱਸਦੇ ਰਹੋ, ਵਧੀਆ ਖਾਓ ਅਤੇ ਵਧੀਆ ਪਾਓ, ਹੈ ਨਾ, ਰੱਬ ਨੂੰ ਯਾਦ ਰੱਖੋ ਅਤੇ ਜਿੰਮ ਜਾਓ, ਫਿੱਟ ਰਹੋ ਅਤੇ ਮੇਰੇ ਗਾਣੇ ਸੁਣਦੇ ਰਹੋ, ਪਿਆਰ ਦਿੰਦੇ ਰਹੋ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਸਟੂਡੀਓ ਨੂੰ, ਸਾਡੇ ਸੈੱਟ ਨੂੰ 4 ਚੰਨ ਲਗਾਏ, ਔਰ ਬੜਾ ਸਾਡਾ ਸੈੱਟ ਚਮਕ ਰਿਹਾ ਹੈਗਾ, ਕਿ ਜਿਵੇਂ ਤੁਹਾਡੇ ਨਾਲ ਬੰਦਾ ਪੂਰਾ ਬੈਠੇ ਵੀ ਲੱਗਦਾ ਹੈ ਕਿ ਬਾਕੀ ਕੋਈ ਸਟਾਰ ਬੈਠਾ, ਮੈਂ ਟੱਚ ਕਰਕੇ ਦੇਖਿਆ ਬਾਕੀ ਸਟਾਰ ਹੋ। ਠੀਕ ਹੈ, ਤੁਸੀਂ ਦੇਖ ਲਓ, ਦੱਸਦਾ ਹੁਣ ਇਸੇ ਤਰ੍ਹਾਂ ਤੁਹਾਡੇ ਨਾਲ ਮੈਂ ਹਰ ਇੱਕ ਫਨਕਾਰ ਨਾਲ ਗੱਲਬਾਤ ਕਰਵਾਉਂਦਾ ਰਹਾਂਗਾ, ਤੁਹਾਡੇ ਨਾਲ ਮੁਲਾਕਾਤ ਕਰਵਾਉਂਦਾ ਰਹਾਂਗਾ, ਅਤੇ ਸਕਰੀਨ ਦਿੱਤੇ ਹੋਏ ਨੰਬਰ ਤੁਸੀਂ ਤੁਹਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਅਗਲੇ ਕਿਹੜੇ ਸਿੰਗਰ ਦੇ ਨਾਲ ਤੁਸੀਂ ਉਹਨਾਂ ਨਾਲ ਮਿਲਣਾ ਚਾਹੁੰਦੇ ਹੋ, ਉਹਨਾਂ ਦੀ ਇੰਟਰਵਿਊ ਦੇਖਣਾ ਚਾਹੁੰਦੇ ਹੋ, ਅਤੇ ਜੇ ਤੁਸੀਂ ਗੈਵੀ ਜੀ ਦੀ ਲਾਈਵ ਬਾਰੇ ਹੋਰ ਵੀ ਕੁਛ ਜਾਣਨਾ ਚਾਹੁੰਦੇ ਹੋ ਜਾਂ ਇਹਨਾਂ ਬਾਰੇ ਕੁਛ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਰਿਗਾਰਡਿੰਗ, ਤਾਂ ਤੁਸੀਂ ਸਕਰੀਨ ਦਿੱਤੇ ਹੋਏ ਨੰਬਰਸ 'ਤੇ ਸਾਨੂੰ ਕੰਟੈਕਟ ਕਰ ਸਕਦੇ ਹੋ, ਅਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸੇ ਤਰ੍ਹਾਂ ਅਸੀਂ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਫਨਕਾਰ ਦੇ ਨਾਲ, ਕਲਾਕਾਰ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਤੁਸੀਂ ਮੈਨੂੰ ਅਤੇ ਗੈਵੀ ਸੱਗੂ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਖਰਾ ਵੀ ਔਸਮ ਚੱਲੇ ਜਿਹੜੀ ਚਾਲ ਵੀ ਔਸਮ ਹੋਵੇ ਵੀ ਤੂੰ ਔਸਮ ਔਸਮ।